ਜ਼ਿੰਦਗੀ 'ਚ ਨਾ ਹਰ ਚੀਜ਼ ਦੋ ਵਾਰ ਬਣਦੀ ਆ, ਇੱਕ ਵਾਰ ਬਣਾਉਣ ਵਾਲੇ ਦੀ ਸੋਚ 'ਚ ਅਤੇ ਦੂਜੀ ਵਾਰ ਅਸਲ ਜ਼ਿੰਦਗੀ 'ਚ। ਜਿਵੇਂ ਜੇ ਤੁਸੀਂ ਘਰ ਬਣਾਉਣਾ ਹੁੰਦਾ ਨਾ, ਤੁਸੀਂ ਸੋਚਦੇ ਵੀ ਮੈਂ ਇਹੋ ਜਿਹਾ ਬਣਾਉਂਗੇ ਇੱਥੇ ਇਹ ਹੋਊਗਾ, ਐਂਡ ਫਿਰ ਉਹ ਅਸਲ ਜ਼ਿੰਦਗੀ 'ਚ ਬਣਦਾ। ਆਏ ਮੈਂ ਵੀ ਆਪਣਾ ਖੇਤੀ ਅਤੇ ਡੇਅਰੀ ਫਾਰਮਿੰਗ ਦਾ ਬਿਜ਼ਨਸ ਜੇ ਜਾਂ ਬਣਾਉਣਾ ਚਾਹੁੰਦਾ, ਸੋਚ 'ਚ ਬਿਲਕੁਲ ਬਣਾ ਰੱਖਿਆ, ਬਸ ਹੁਣ ਉਹਨੂੰ ਰੀਅਲ ਲਾਈਫ 'ਚ ਬਣਾਉਣਾ ਬਾਕੀ ਆ। ਇੱਕ ਗੱਲ ਨਾ ਹਮੇਸ਼ਾ ਯਾਦ ਰੱਖਿਓ ਵੀ ਤੁਹਾਡਾ ਹੱਥ ਜਿੰਨਾ ਮਰਜ਼ੀ ਤੰਗ ਹੋਵੇ ਪੈਸੇ ਕਨੀ ਉਹ ਜ਼ਿੰਦਗੀ 'ਚ, ਪਰ ਕਦੇ ਆਪਣੀ ਸੋਚ ਨੂੰ ਤੰਗ ਨਾ ਰੱਖਿਓ। ਤੁਸੀਂ ਜਿੱਥੇ ਤੱਕ ਸੋਚ ਸਕਦੇ ਹੋ ਨਾ, ਤੁਸੀਂ ਉੱਥੇ ਤੱਕ ਪਹੁੰਚ ਸਕਦੇ ਹੋ। ਸੋ ਜਿੰਨਾ ਬੜਾ ਹੋ ਸਕੇ ਉਨਾ ਬੜਾ ਸੋਚੋ। ਪਰ ਕਈ ਲੋਕ ਨਾ ਯਾਰ ਬੜਾ ਸੋਚਣ ਤੋਂ ਵੀ ਡਰਦੇ ਨੇ, ਜਾਂ ਸੋਚਣ 'ਤੇ ਕਿਹੜਾ ਟੈਕਸ ਲੱਗਦਾ, ਕਿਉਂ ਡਰਦੇ ਹੋ? ਪਰ ਜੇ ਤੁਹਾਡੀ ਸੋਚ ਬਹੁਤ ਬੜੀ ਹੈ ਅਤੇ ਤੁਸੀਂ ਸਟਾਰਟਿੰਗ ਵੀ ਬਹੁਤ ਬੜੇ ਕੰਮ ਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਗਲਤ ਆ। ਤੁਸੀਂ ਸਟਾਰਟਿੰਗ ਬਹੁਤ ਛੋਟੇ ਕੰਮ ਤੋਂ ਕੀਤੀ ਹੈ ਅਤੇ ਤੁਹਾਡੀ ਸੋਚ ਵੀ ਛੋਟੀ ਆ, ਉਹ ਵੀ ਗਲਤ ਆ। ਸੋ ਕਰਨਾ ਕੀ ਆ, ਸੋਚ ਬਹੁਤ ਬੜੀ ਰੱਖੋ ਅਤੇ ਸਟਾਰਟਿੰਗ ਬਹੁਤ ਛੋਟੇ ਕੰਮ ਤੋਂ ਕਰੋ ਅਤੇ ਗਰੋ ਕਰਦੇ ਚਲੇ ਚੱਲੋ। ਇਹਦੇ ਨਾਲ ਤੁਸੀਂ ਬਹੁਤ ਬੜਾ ਬਿਜ਼ਨਸ ਐਮਪਾਇਰ ਖੜ੍ਹਾ ਕਰ ਜਾਓਗੇ। MS ਓਬਰਾਏ, ਓਬਰਾਏ ਹੋਟਲਸ ਦੇ ਫਾਊਂਡਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਿਮਲਾ ਦੇ ਇੱਕ ਹੋਟਲ 'ਚ ਕਲਰਕ ਤੋਂ ਕੀਤੀ ਸੀਗੀ। ਅੱਜ ਦੇਖ ਲਓ ਓਬਰਾਏ ਹੋਟਲਸ ਕਿੱਥੇ ਆ, ਸਿਰਫ ਉਹਨਾਂ ਦੀ ਸੋਚ ਕਰਕੇ।